ਦੇਖ ਸਕਦੇ ਆਟੋ ਕਰਕੇ ਜਿਹੜਾ ਝਗੜਾ ਹੋਇਆ ਗਲੀ ਦੇ ਵਿੱਚ, ਕਾਫੀ ਜਿਹੜਾ ਝਗੜਾ ਹੋਇਆ ਨਗਰ ਦੀਆਂ ਤਸਵੀਰਾਂ ਦੇ ਵਿੱਚ। ਮੈਡਮ ਕੀ ਨਾਮ ਕੀ ਜੀ ਤੁਹਾਡਾ? ਕਿੱਥੋਂ ਦੇ ਰਹਿਣ ਵਾਲੇ ਹੋ? ਮੈਂ ਸ਼ਿਵਨਗਰ ਨਗਰੇ ਦੀ ਰਹਿਣ ਵਾਲੀ। ਕੀ ਮਾਮਲਾ ਕੀ ਹੋਇਆ ਅੱਜ ਸਾਰਾ? ਮੇਰੇ ਆਟੋ ਲੱਗਾ ਸੀਗਾ, ਇਹ ਕਹਿੰਦੇ ਪਲਾਟ ਸਾਡਾ, ਪਲਾਟ ਬਾਜਵੇਂ ਕਿਸੇ ਦਾ ਨਹੀਂ ਹੈਗਾ, ਭਾਵੇਂ ਕਿੰਨਾ ਲੈਂਦੇ, ਗਲੀ ਵਿੱਚ ਜਿਸ ਨੂੰ ਮਰਜ਼ੀ ਪੁੱਛ ਲਓ ਪਲਾਟ ਇਹਨਾਂ ਦਾ ਨਹੀਂ ਹੈਗਾ। ਜੇ ਅਸੀਂ ਆਪਣੇ ਗੇਟ ਚਲਾਉਂਦੇ ਹਾਂ ਤਾਂ ਵੀ ਸਾਡਾ ਆਟੋ ਪਰੇ ਕਰ ਦਿੰਦਾ, ਜੇ ਅਸੀਂ ਕਿੰਨਾ ਦਾ ਆਪਣੇ ਵੈਦਰ ਲਗਾਉਂਦੇ ਤਾਂ ਵੀ ਸਾਨੂੰ ਇਹਨੇ ਸਾਨੂੰ, ਯਾਨੀ ਕਿ ਜਦੋਂ ਤੁਸੀਂ ਮਕਾਲੇ ਸਾਨੂੰ ਉਦੋਂ ਦਾ ਵੀ ਇਹਨਾਂ ਨੇ ਕਿੰਨਾ ਕੀਤਾ ਹੋਇਆ, ਸਾਨੂੰ ਤੰਗ ਪਰੇਸ਼ਾਨ ਬਹੁਤ ਕਰਦੇ ਨੇ, ਸਾਨੂੰ ਕੰਨੀ ਵਾਲੀ ਸਾਨੂੰ ਕਰਦੇ ਆ। ਜਿਹੜੇ ਜਿਹੜੇ ਤੁਹਾਨੂੰ ਤੰਗ ਪਰੇਸ਼ਾਨ ਕਰਦੇ ਨੇ ਉਹ ਕਿੱਥੇ ਰਹਿੰਦੇ ਨੇ? ਉਹ ਮੇਰੇ ਬਿਲਕੁਲ ਸਾਹਮਣੇ ਆਪੋਜ਼ਿਟ ਮੇਰਾ ਗੇਟ ਹੈ। ਅੱਛਾ ਜੀ। ਇਹਨੇ ਕਿੰਨੀ ਵਾਰੀ ਸਾਡੇ ਨਾਲ ਕਿੰਨੀ ਵਾਰੀ ਰਹਿੰਦੇ ਕਿਤੇ ਲੜਾਈ ਲੈਂਦੀ, ਅਸੀਂ ਚੁੱਪ ਕਰਕੇ ਅਸੀਂ ਅੰਦਰ ਚੱਲ ਜਾਂਦੇ। ਮੈਂ ਜ਼ਿਆਦਾਤਰ ਇੱਥੇ ਰਹਿੰਦੀ ਨਹੀਂ, ਮੈਂ ਆਪਣੇ ਪੇਕੇ ਰਹਿੰਦੀ ਜ਼ਿਆਦਾ, ਮੇਰੇ ਜਿੰਨੂੰ ਮਰਜ਼ੀ ਪੁੱਛ ਸਕਦੇ ਗਲੀ ਦੇ ਵਿੱਚ ਜੇ ਮੈਂ ਇੱਥੇ ਰਹਿੰਦੀ ਹੋਵਾਂ। ਜੇ ਅਸੀਂ ਅੱਜ ਮੇਰੇ ਭੈਣ ਭਰਾ ਮੈਨੂੰ ਮਿਲਣ ਵਾਸਤੇ ਆਏ ਆ, ਇਹਨਾਂ ਨੇ ਆਣ ਕੇ ਜੀ ਬੰਦੇ ਮਰਾ ਕੇ ਬੰਦੇ ਮੰਗਵਾ ਕੇ 15-20 ਬੰਦੇ ਸੀਗੇ, ਆਟੋ ਇਹ ਵਾਲਾ ਆਟੋ ਸੀਗਾ ਜਿਹਨੂੰ ਲੈ ਕੇ ਲੜਾਈ ਹੋ ਰਹੀ ਸੀ, ਜਿਹੜਾ ਪਲਾਟ ਦੀ ਗੱਲ ਕਰ ਰਹੇ ਆ, ਜਿਹੜੇ ਦੂਸਰੀ ਪਾਰਟੀ ਹੈਗੀ ਹੈ ਉਹ ਕਹਿ ਰਹੇ ਕਿ ਸਾਡਾ ਪਲਾਟ ਹੈ, ਕਿਸੇ ਦਾ ਪਲਾਟ ਨੀ ਹੈਗਾ, ਪਲਾਟ ਕਿਸੇ ਹੋਰ ਦਾ ਆ, ਪਲਾਟ ਤੇ ਕਿਸੇ ਹੋਰ ਦਾ, ਇਹਦਾ ਪਲਾਟ ਨੀ ਹੈਗਾ। ਇਹ ਕਿੰਨਾ ਨੇ ਆਣ ਕੇ ਸਾਨੂੰ ਧਮਕੇ ਦਿੰਦਾ, ਸਾਨੂੰ ਇਹਦੇ ਕੋਲ ਖਤਰਾ ਹੈ, ਮੇਰੇ ਬੱਚੇ ਬੱਚੇ ਛੋਟੇ ਛੋਟੇ ਇਹਨਾਂ ਨੇ ਸਾਡੇ ਇੱਟਾਂ ਮਾਰੀਆਂ, ਅਗਰ ਜੇ ਇਹ ਬੰਦੇ ਬਣਾ ਕੇ ਇੱਟਾਂ ਮਾਰੇਗਾ ਸਾਡੇ ਕੋਈ ਬਚਾਅ ਵਾਸਤੇ ਅਸੀਂ ਵੀ ਕਰਾਂਗੇ ਕੁਛ ਨਾ ਕੁਛ।